17 ਤਰੀਕ ਦੀ ਗੱਲ ਹੈ, 5 ਵਜੇ ਦੇ ਕਰੀਬ ਅਣਪਛਾਣੇ ਮੁੰਡੇ ਸੀ 3 ਗੱਡੀ ਵੱਡੀ ਤੇ। ਗੱਡੀ ਦਾ ਨੰਬਰ ਹੈਗਾ PB 4639991 ਤੇ ਇਹ ਸਾਡੇ ਤੋਂ ਕਚਹਿਰੀਆਂ ਲਾਗੋਂ ਹੀ ਪਿੱਛੋਂ ਦੀ ਗੱਡੀ ਇਹਨਾਂ ਨੇ ਲਾ ਲਈ ਆਟੋ ਦੇ ਪਿੱਛੇ ਪਿੱਛੇ। ਇਹ ਗੱਡੀ ਆਟੋ ਨੂੰ ਫੋਲੋ ਕਰਨ ਦਾ ਪੀ ਤੇ ਫਿਰ ਜਦੋਂ ਅਸੀਂ ਉਤਰਿਆ ਗੱਡੀ ਵਿੱਚੋਂ ਉਹਨੇ ਮੇਰੀ ਗੋਦੀ ਵਿੱਚ ਨੰਬਰ ਰੱਖ ਦਿੱਤਾ। ਜਦੋਂ ਉਹਨੇ ਨੰਬਰ ਰੱਖਿਆ ਤਾਂ ਮੈਂ ਉਹਨੂੰ ਬੋਲਣਾ ਸਟਾਰਟ ਕੀਤਾ ਤੇ ਫਿਰ ਉਹ ਮੁੰਡਾ ਨੰਬਰ ਰੱਖ ਕੇ ਗੱਡੀ 'ਚ ਬਹਿ ਕੇ ਅੱਗੇ ਚਲਾ ਗਿਆ। ਫੇਰੀ ਵਾਲੇ ਦੇ ਲਾਗੇ ਉਹਨਾਂ ਨੇ ਫਿਰ ਗੱਡੀ ਖਿਲਾਰੀ ਆਟੋ ਦੇ ਅੱਗੇ, ਫਿਰ ਉਹਨਾਂ ਨੇ ਆਟੋ 'ਚ ਉਤਰ ਕੇ ਮੇਰੇ ਚਪੇੜਾਂ ਮਾਰਨੀਆਂ ਸਟਾਰਟ ਕੀਤੀਆਂ। ਫਿਰ ਮੈਂ ਆਟੋ 'ਚ ਦੂਸਰੀ ਚਪੇੜ ਮਾਰਨ ਲੱਗਾ ਮੁੰਡਾ ਤੇ ਮੈਂ ਉਹਦਾ ਗੁੱਟ ਫੜ ਲਿਆ। ਫਿਰ ਮੈਂ ਉਹ ਥੱਲੇ ਉਤਰ ਕੇ ਆਟੋ 'ਤੇ ਮੈਂ ਉਹ 'ਤੇ ਵਾਰ ਕਰਨਾ ਸ਼ੁਰੂ ਕੀਤਾ ਤੇ ਫਿਰ ਉੱਥੇ ਜ਼ਿਆਦਾ ਟ੍ਰੈਫਿਕ ਇਕੱਠਾ ਹੋ ਗਿਆ ਤੇ ਫਿਰ ਉਹ ਅਣਪਛਾਣੇ ਮੁੰਡੇ ਭੱਜ ਗਏ, ਗੱਡੀ ਵਿੱਚ ਫਰਾਰ ਹੋ ਗਏ। ਕਿੰਨੇ ਦਿਨ? ਅੱਛਾ ਜੀ। ਤੇ ਕੈਰੋਂ ਵਾਲਿਆਂ ਨੂੰ ਸਾਰਾ ਕੁਝ ਨੋਟ ਕਰਵਾ ਤਾ, ਉਹਨਾਂ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਕਿੰਨੇ ਦਿਨ ਬੀਤ ਗਏ? 5-6 ਦਿਨ ਬੀਤ ਗਏ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਹੋਰ ਕਿਸੇ ਪੁਲਿਸ ਪ੍ਰਸ਼ਾਸਨ ਨੂੰ ਉੱਚ ਅਧਿਕਾਰੀ ਨੂੰ ਮਿਲੇ ਜੀ? ਹਾਂਜੀ, ਉਹਨਾਂ ਨੇ ਕਿਹਾ ਸੀ ਕਿ DSP ਨੂੰ ਮਿਲੋ। ਅੱਛਾ, DSP ਪੱਟੀ ਨੂੰ? ਹਾਂਜੀ, DSP ਪੱਟੀ ਗਏ ਜਦੋਂ ਤੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਆਪਣੇ ਬੇਫਿਕਰ ਹੋ ਕੇ ਪੇਪਰ ਦਿਓ ਤੇ ਇਹਨਾਂ ਨੂੰ ਅਸੀਂ ਗ੍ਰਿਫਤਾਰ ਕਰ ਲੈਂਦੇ ਹਾਂ। ਅੱਛਾ, ਹੁਣ ਕੋਈ ਕਾਰਵਾਈ ਨਹੀਂ ਹੋਈ? ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਕੋਈ ਫੋਨ ਕਾਲ ਨਹੀਂ ਆਇਆ। ਪੁਲਿਸ ਚੰਡੀਗੜ੍ਹ ਗਈ ਆ। ਕੀ ਇਨਸਾਫ ਚਾਹੁੰਦੇ ਜੀ ਤੁਸੀਂ ਹੁਣ? ਮੈਂ ਇਨਸਾਫ ਚਾਹੁੰਦੀ ਹਾਂ ਕਿ ਅੱਜ ਮੇਰੇ ਨਾਲ ਹੋਇਆ ਹੈ, ਕੱਲ ਨੂੰ ਕਿਸੇ ਹੋਰ ਨਾਲ ਆਊਗਾ, ਪਰਸੋਂ ਕਿਸੇ ਹੋਰ ਨਾਲ ਆਊਗਾ। ਇਹ ਨਿਆਂ ਹੋਣਾ ਨਹੀਂ ਚਾਹੀਦਾ। ਪਰਚਾ ਦਰਜ ਹੋਣਾ ਚਾਹੀਦਾ ਜੀ। ਪਰਚਾ ਦਰਜ ਹੋਣਾ ਚਾਹੀਦਾ। ਪਰਚਾ ਦਰਜ ਕੀਤਾ ਜਾਵੇ ਤੇ ਇਹਨਾਂ ਨੂੰ ਸਾਹਮਣੇ ਲੈ ਕੇ ਇਹਨਾਂ ਦਾ ਨਸ਼ਰ ਕੀਤਾ ਜਾਵੇ, ਜਿੱਦਾਂ ਇਹ ਧੀਆਂ ਨੂੰ ਨਸ਼ਰ ਕਰਦੇ ਹਨ ਉਦਾਂ ਹੀ ਇਹਨਾਂ ਨੂੰ ਨਸ਼ਰ ਕੀਤਾ ਜਾਵੇ। ਹੋਰ ਕੋਈ ਮੰਗ ਤੁਹਾਡੀ? ਕੋਈ ਤੁਹਾਨੂੰ ਕੋਈ ਕਿਸੇ ਕਿਸਮ ਦਾ ਕੋਈ ਡਰ ਡੁੱਕਰ ਕੋਈ ਧਮਕੀ ਤਾਂ ਨਹੀਂ ਦਿੰਦਾ? ਮੈਨੂੰ ਕਿਸੇ ਦਾ ਡਰ ਨਹੀਂ ਹੈ, ਕੋਈ ਧਮਕੀ ਦਾ ਮੈਨੂੰ ਡਰ ਨਹੀਂ ਹੈ ਕਿਸੇ ਦੀ ਦਾ। ਮੈਂ ਚਾਹੁੰਦੀ ਹਾਂ ਕਿ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੁੱਚੀਆਂ ਜਥੇਬੰਦੀਆਂ ਵੱਲੋਂ, ਸਤਿਕਾਰ ਕਮੇਟੀਆਂ ਵੱਲੋਂ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਕਾਨੂੰਨ ਨੂੰ, ਸਰਕਾਰ ਨੂੰ, ਕਿ ਇਸ ਬੱਚੀ ਨਾਲ ਜੋ ਧੱਕਾ ਹੋਇਆ ਹੈ, ਜਿਨ੍ਹਾਂ ਨੇ ਧੱਕਾ ਕੀਤਾ, ਉਹਨਾਂ ਨੌਜਵਾਨਾਂ 'ਤੇ ਬਣਦੀ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ। ਕੋਈ ਅਲਟੀਮੇਟਮ ਦਿੰਦੇ ਜੇ ਪੁਲਿਸ ਪ੍ਰਸ਼ਾਸਨ ਨੂੰ ਵੀ ਜਿਹੜਾ ਕੋਈ ਕਾਰਵਾਈ ਨਹੀਂ ਕਰਦੀ ਤੇ ਅਸੀਂ ਵੀ ਆਪਣਾ ਸੰਘਰਸ਼ ਵਿੱਢਾਂਗੇ, ਜਥੇਬੰਦੀਆਂ ਇਕੱਠੀਆਂ ਹੋ ਕੇ ਵੀ ਕਾਰਵਾਈ ਕਰਾਵਾਂਗੇ? 2-4 ਦਿਨ ਦਾ ਜਿਹੜਾ ਅਲਟੀਮੇਟਮ ਸਮੂਹ ਸਤਿਕਾਰ ਕਮੇਟੀਆਂ ਵੱਲੋਂ, ਜਥੇਬੰਦੀਆਂ ਵੱਲੋਂ ਇਹ ਦਿੱਤਾ ਜਾਂਦਾ ਹੈ ਕਿ ਜੇ ਬਣਦੀ ਕਾਰਵਾਈ ਨਹੀਂ ਕਰਦੀਆਂ ਪੁਲਿਸ ਪ੍ਰਸ਼ਾਸਨ ਜਾਂ ਸਰਕਾਰਾਂ, ਤਾਂ ਅਗਲੀ ਕਾਰਵਾਈ ਜਿਹੜੀ ਹੈ ਉਹ ਜਥੇਬੰਦੀਆਂ ਸਤਿਕਾਰ ਕਮੇਟੀਆਂ ਵਿਚਾਰ ਕਰਕੇ ਅੱਗੇ ਆਰੰਭਣਗੀਆਂ। ਜੀ, ਮੁਕਦਮਾ ਜਿਹੜਾ 20-18 ਦਾ ਦਰਜ ਆ, ਇਹਦੇ ਤਸਦੀਕ ਚੱਲਦੀ ਸੀ, ਪਤਾ ਕਰਦੇ ਰਹੇ ਵੀ ਕਿਹੜੇ ਕਿਹਨਾਂ ਲੜਕਿਆਂ ਨੇ, ਅਣਪਛਾਤੇ ਲੜਕੇ ਸੀ, ਅਣਪਛਾਤੇ ਲੜਕਿਆਂ ਦੇ ਮਸਲਾ ਮੁਕਦਮਾ ਦਰਜ ਆ। ਤੁਹਾਨੂੰ ਸਾਨੂੰ ਥੋੜ੍ਹਾ ਜਿਹਾ ਇਹਦਾ ਸਲਾਗ ਲੱਗਾ ਹੈ ਤਾਂ ਲੱਗਾ, ਅਤੇ ਅਸੀਂ ਇਹਦਾ ਰੇਡ ਕਰਦੇ ਹਾਂ ਇਹਨਾਂ ਵੱਲ, ਅਸੀਂ ਇਹ ਜਿਹੜੀ ਜੋ ਕਾਰਵਾਈ ਇਹਨਾਂ ਦੇ ਮਸਲਾ ਬਣਦੀ ਉਹ ਕਰਾਂਗੇ, ਤਸਦੀਕ ਕੀਤਾ ਗਿਆ ਵਾ, ਕਰ ਰਹੇ ਹਾਂ, ਅਤੇ ਜੋ ਵੀ ਇਹਨਾਂ ਦੇ ਬਖਲਾਫ ਤਫਤੀਸ਼ ਦੇ ਵਿੱਚ ਕਾਰਵਾਈ ਬਣਦੀ ਕਰਾਂਗੇ। ਸਰ, ਕਿੱਥੋਂ ਦੇ ਮੁੰਡੇ ਕੋਲ ਲੱਗਾ ਪਤਾ? ਸਰ, ਇਹ ਸਾਨੂੰ ਪਤਾ ਲੱਗਾ ਵੀ ਇੱਕ ਭਿੱਖੀ ਪਿੰਡ ਦਾ ਵਾ। ਭਿੱਖੀ ਅੱਡੇ ਦਾ ਕਿ ਪਿੰਡ ਦਾ ਜੀ? ਭਿੱਖੀ ਪਿੰਡ ਦਾ ਜੀ। ਅੱਛਾ, ਅੱਡੇ ਦਾ। ਅੱਛਾ, ਬਾਕੀ ਅੱਛਾ ਪਿੰਡ ਦਾ। ਦੋ ਬੰਦੇ ਕਿੱਥੋਂ ਦੇ ਜੀ? ਉਹਨਾਂ ਦਾ ਜੀ ਕੋਈ ਪਤਾ ਨਹੀਂ ਲੱਗਾ, ਉੱਤੋਂ ਗਾੜੀ ਤਾਂ ਤੀਨ ਜਿਹੜੀ ਕਰਾਂਗੇ ਫਿਰ ਵੀ। ਅਤੇ ਉਹ ਜਿਹੜਾ ਗੱਡੀ ਨੰਬਰ ਤੁਹਾਨੂੰ ਦਿੱਤਾ ਗਿਆ ਆ PB 4639991, ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਜੇ ਕੋਈ ਗੱਡੀ ਦਾ ਕੋਈ ਪਤਾ ਲੱਗਾ? ਸਰ, ਕੰਪਿਊਟਰ 'ਤੇ ਪਤਾ ਕੀਤਾ ਸੀ, ਉਹ ਬਲਵਿੰਦਰ ਸਿੰਘ ਦੇ ਨਾਂ 'ਤੇ ਆਉਂਦੀ ਹੈ। ਬਲਵਿੰਦਰ ਸਿੰਘ ਦਾ ਪਤਾ ਕਰਨਾ ਵੀ ਨੈਕਸਟ ਕਿਹਦੇ, ਬਲਵਿੰਦਰ ਸਿੰਘ ਬਾਪ ਦਾ ਨਾਂ ਕੀ ਕਰੇ,